ਅਸੀਂ ਜਾਨਣਾ ਚਾਹੁੰਦੇ ਆ ਵੀ ਤੁਹਾਨੂੰ ਤੁਹਾਡੀ ਫਿਲਮ ਚ ਇੰਨੇ ਪਿਆਰੇ ਪਿਆਰੇ ਕਿਰਦਾਰ ਨੇ ਬਟ ਤਾਨਿਆ ਨੂੰ ਤੁਸੀਂ ਕਿਵੇਂ ਸਿਲੈਕਟ ਕੀਤਾ ਮੈਨੂੰ ਪਿੱਛੇ ਮੁੜ ਕੇ ਤੱਕਣਾ ਦਿਲ ਨੂੰ ਫੱਬਦਾ ਹੈ ਜਿਵੇਂ ਗੁਜ਼ਰੇਆ ਵੇਲਾ ਅਕਸਰ ਚੰਗਾ ਲੱਗਦਾ ਮਿਸ਼ਰੀ ਤੋਂ ਮਠਾਏ ਦੁਨਮ ਨਾਲੋਂ ਕੋੜਿਆ ਮੈਨੂੰ ਜੀ ਉਹ ਬਹੁਤ ਤੁਹਾਡੀ ਲਾਈਨ ਬਹੁਤ ਪਸੰਦ ਆ ਤਾਨੀਆਂ ਦਾ ਸ਼ੁਕਰੀਆ ਇੰਨਾ ਸੋਹਣਾ ਕੰਮ ਕਰਨ ਲਈ ਜੇ ਸਰਗੀ ਮਾਨ ਮੈਨੂੰ ਸੁਣਦੀ ਹੋਵੇ ਤਾਂ ਉਹਨੂੰ ਮੈਂ ਗੱਲ ਦੱਸ ਮੈਂ ਉਹਨੂੰ ਕਦੇ ਮਿਲਿਆ ਨਹੀਂ ਮੇਰੀ ਗੱਲ ਵੀ ਨਹੀਂ ਹੋਈ ਮੈਂ ਉਹਨੂੰ ਗੱਲ ਦੱਸਣੀ ਚਾਹਣਾ ਕਿ ਮੈਂ ਆਪਣੀ ਅਗਲੀ ਫਿਲਮ 'ਚ ਵੀ ਤੇਰੇ ਗਾਣੇ ਰੱਖੂ ਤੇਰੀ ਆਵਾਜ਼ ਬਹੁਤ ਸੋਹਣੀ ਹੈ ਕ੍ਰੈਡਿਟਸ ਕਿਤੇ ਨਾ ਕੋਈ ਰਹਿ ਨਾ ਜਾਵੇ ਵੀ ਮੈਨੂੰ ਬਹੁਤ ਪਿਆਰੇ ਆ ਇਹੋ ਜਿਹਾ ਸ਼ੂਟ ਕਰ ਰਹੇ ਆ ਵੀ ਸਾਰਾ ਬਾਲੀਵੁੱਡ ਇਨਸਪਾਇਰਡ ਹੈ 뮤직 ਤੋਂ ਵੀ ਕੰਟੈਂਟ ਤੋਂ ਵੀ ਐਕਟਿੰਗ ਤੋਂ ਵੀ ਇਹੋ ਜਿਹਾ ਕੰਮ ਅਸੀਂ ਆਪ ਦੇ ਆਪ ਦੇ ਪੰਜਾਬ 'ਚ ਬੈ ਕੇ ਕਰ ਰਹੇ ਆ ਇਸ ਤੋਂ ਵੱਡੀ ਕੋਈ ਕਾਮਯਾਬੀ ਹੈ ਕੈਮਰਾਮੈਨ ਰਵੀ ਦੇ ਨਾਲ ਮੈਂ ਤਾਨਿਆ ਅੱਜ ਤੁਹਾਡੇ ਤੋਂ ਇਜਾਜ਼ਤ ਮੰਗਦੀ ਆ ਸਾਸ਼ੇ ਕਰ ਸਸ਼ੀਕਾਲ ਜੀ ਅਖਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਤਾਨੀਆਂ ਤੇ ਅੱਜ ਸਾਡੇ ਨਾਲ ਨੇ ਪੰਜਾਬੀ ਇੰਡਸਟਰੀ ਦੇ ਇੱਕ ਬਹੁਤ ਵੱਡੇ ਰਾਈਟਰ ਡਾਇਰੈਕਟਰ ਜਿਨ੍ਹਾਂ ਨੇ ਬਹੁਤ ਹੀ ਪਿਆਰੀਆਂ ਪਿਆਰੀਆਂ ਫਿਲਮਾਂ ਰੱਬ ਦਾ ਰੇਡੀਓ ਬੰਬੂ ਕਾਟ ਰੱਬ ਦਾ ਰੇਡੀਓ 2 ਐਂਡ ਚਾਰਲਸ ਜੇਮਸ ਬੋਰਨ ਚਾਰਲਸ ਜੇਮਸ ਬੋਰਨ दाना पानी ਤੇ ਬਾਜੇ ਦਾ ਸੱਟਾ ਦਿੱਤੀ ਹੈ ਸੋ ਵੈਲਕਮ ਟੂ ਮਿਸਟਰ ਜਸ ਕਰੇਵਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ थैंक यू ਜੀ थैंक यू ਮਿਹਰबानी ਸੋ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਤੁਹਾਨੂੰ ਅ ਥੋੜੀ ਫਿਲਮ ਚ ਇੰਨੇ ਪਿਆਰੇ ਪਿਆਰੇ ਕਿਰਦਾਰ ਨੇ ਬਟ ਤਾਨੀਆਂ ਨੂੰ ਤੁਸੀਂ ਕਿਵੇਂ ਸਿਲੈਕਟ ਕੀਤਾ ਤਾਨੀਆਂ ਨੂੰ ਅ ਅਸਲ ਦੇ ਵਿੱਚ ਤਾਨੀਆਂ ਨੂੰ ਤੁਸੀਂ ਹਾਂ ਰੂਪਕੋਰ ਮੇਰੇ ਰੂਪਕੋਰ ਦੇ ਕਿਰਦਾਰ ਦੇ ਵਿੱਚ ਜਾਂਦੀ ਸੀ ਤਾਨੀਆਂ ਸੀ ਪਹਿਲਾਂ ਜਦੋਂ ਮੇਰੀ ਕਹਾਣੀ ਖੁੱਲ ਰਹੀ ਸੀ ਖੁੱਲ ਰਹੀ ਸੀ ਹਲੇ ਮੈਨੂੰ ਜ਼ਿਆਦਾ ਸਮਝ ਨਹੀਂ ਆਈ ਸੀ ਅਭੀ ਪਰਦਾ ਪੂਰਾ ਨਹੀਂ ਹਟਾਤਾ ਠੀਕ ਹੈ ਵੇਲ ਸੀਗੀ ਅਗੇ ਉਦੋਂ ਮੈਨੂੰ ਲੱਗ ਰਿਹਾ ਸੀ ਕਿ ਉਹ ਵੀ ਬੀਬਾ ਵੀ ਜਾ ਸਕਦੀ ਉਹ ਵੀ ਜਾ ਸਕਦੇ ਪਰ ਜਦੋਂ ਪੂਰਾ ਪਰਦਾ ਹਟਿਆ ਤੇ ਤਸਵੀਰ ਸਾਹਮਣੇ ਆਈ ਤਾਂ ਮੈਨੂੰ ਲੱਗਿਆ ਤਾਨੀਆਂ ਹੀ ਜਾ ਸਕਦੇ ਆ ਤੇ ਤਾਨੀਆਂ ਨੂੰ ਪੁੱਛਿਆ ਤੇ ਰੱਬ ਵੱਲੋਂ ਤਾਨੀ ਦੀਆਂ ਡੇਟਸ ਵਗੈਰਾ ਸੀਗੀਆਂ ਜੀ ਮਾਮਲਾ ਡੰਗ ਹੋ ਗਿਆ ਜੀ ਸੰਦੂ ਜੀ ਪਤਾ ਲੱਗਿਆ ਵੀ ਤਾਨਿਆ ਜੀ ਤੋਂ ਵੀ ਤੁਸੀਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਤੁਸੀਂ ਇੱਕ ਪੇਂਟਿੰਗ ਬਣਾਉਣਾ ਚਾਹੁੰਦੇ ਹੋ ਫਿਲਮ ਨਹੀਂ ਸੋ ਪੇਂਟਿੰਗ ਤੋਂ ਤੁਹਾਡਾ ਕੀ ਭਾਵ ਸੀ ਆ ਮਤਲਬ ਫਿਲਮ ਦਾ ਜਿਵੇਂ ਪਾਕੀਜ਼ਾ ਮੂਵੀ ਦੇਖੀ ਹੋਣਾ ਤੁਸੀਂ ਵੀ ਦੇਖਿਓ ਉਹਦਾ ਹਰ ਫਰੇਮ ਇੱਕ ਤਸਵੀਰ ਆ ਹਰ ਫਰੇਮ ਇੱਕ ਪੇਂਟਿੰਗ ਆ ਸੋ ਮੈਂ ਚਾਹੁੰਦਾ ਸੀ ਕਿ ਹਰ ਫਰੇਮ ਇੱਕ ਤਸਵੀਰ ਹੋਵੇ ਪੇਂਟਿੰਗ ਹੋਵੇ ਉਹਦੇ ਚ ਲੋਕ ਵੀ ਸੋਹਣੇ ਜੇ ਸੋਹਣੇ ਸੋਹਣੇ ਹੋਣ ਉਹ ਚ ਗੱਲਾਂ ਵੀ ਸੋਹਣੀਆਂ ਕਰਦੇ ਹੋਣ ਉਹਦੇ ਜ ਉਹਨਾਂ ਦੀਆਂ ਕੰਧਾਂ ਕੋਠੇ ਵੀ ਸੋਹਣੇ ਹੋਣ ਹਰ ਚੀਜ਼ ਖੂਬਸੂਰਤ ਰੱਖੀ ਜਾਵੇ ਜੀ ਸੋ ਇਹ ਸੀ ਪੇਂਟਿੰਗ ਤੋਂ ਮੇਰਾ ਮਤਲਬ ਸੀ ਖੂਬਸੂਰਤੀ ਅ ਬਹੁਤ ਵਰੀ ਹੁੰਦਾ ਹੈ ਹਰ ਫਿਲਮ ਚ ਹੁੰਦਾ ਵੀ ਸਾਰੇ ਮੇਨ ਕੇਦਾਰਾ ਨੂੰ ਤੇ ਬਾਰ ਬਾਰ ਅਸੀਂ ਨਾਮ ਲੈ ਲੈਣਾ ਉਹਨਾਂ ਦੇ ਬਾਰੇ ਤਾਰੀਫ ਦੱਸ ਦਿੰਨੇ ਉਹਨਾਂ ਦੀ ਕੀਤੇ ਵਧੀਆ ਕੰਮ ਦੀ ਤਾਰੀਫ ਦੱਸ ਦਿੰਨੇ ਪਰ ਹਰ ਫਿਲਮ ਚ ਕੁਝ ਨਾ ਕੁਝ ਨਗੀਨੇ ਇਹੋ ਜਿਹੇ ਹੁੰਦੇ ਨੇ ਜਿਹੜੇ ਬਿਹਾਈਂਡ ਦੀ ਕੈਮਰਾ ਹੁੰਦੇ ਪਰ ਉਹਨਾਂ ਦਾ ਬਹੁਤ ਬਹੁਤ ਵਧੀਆ ਤਰੀਕੇ ਨਾਲ ਨਾਮ ਨਹੀਂ ਅੱਗੇ ਲਿਆਇਆ ਜਾਂਦਾ ਤੋਂ ਮੈਂ ਚਾਹੂੰਗੀ ਵੀ ਤੁਸੀਂ ਬਾਜੇ ਦੇ ਸਿੱਟੇ ਦੇ ਉਹ ਕੁਝ ਨਗੀਨਿਆਂ ਦਾ ਨਾਮ ਜਿਹੜਾ ਲੋਕੀ ਨਹੀਂ ਜਾਣਦੇ ਤੇ ਤੁਸੀਂ ਦੱਸੋ ਐਜ਼ ਅ ਡਾਇਰੈਕਟਰ ਵੀ ਉਹ ਕਿਹੜੇ ਕਿਹੜੇ ਨਗੀਨੇ ਨੇ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ थैंक यू ਐਨਾ ਸੋਣਾ ਸਵਾਲ ਕਰਨ ਲਈ ਮੈਂ ਇਹਨਾਂ ਦਾ ਜਵਾਬ ਫਟਾਫਟ ਦਊਗਾ ਕਿਉਂਕਿ ਫਟਾਫਟ ਦੇ ਕੇ ਨੈਚੁਰਲ ਜਵਾਬ ਆਊਗਾ ਵਰਨਾ ਫੇ ਮੈਨੂੰ ਇਹ ਲੱਗਣਾ ਜੂ ਕਿ ਫਲਾਣਾ ਨਾ ਗੁੱਸਾ ਕਰ ਦੇ ਫਲਾਣਾ ਮੈਂ ਫਟਾਫਟ ਦਊਗਾ ਜਿਹੜਾ ਜਿਹੜਾ ਜਿੰਮੇ ਜ਼ਿਆਦਾ ਜਾਂਦਾ ਰਵੀ ਸੈਨਾ ਸਾਡੇ सिनेਮਟੋਗ੍ਰਾਫਰ ਯਾਰ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਉਹਨਾਂ ਨੇ ਮੈਨੂੰ ਕਿਹਾ ਸੀ ਸਾਊਥ ਇੰਡੀਅਨ ਨੇ ਉਹ ਕਹਿੰਦੇ ਸਰ ਅ ਦੇਖਣਾ ਇਸ ਪਰ ਫਿਲਮ ਕਿੰਨੀ ਕਲਰਡ ਬਨੇਗੀ ਹਾਲਾਂਕਿ ਉਹਨਾਂ ਨੇ ਮੇਰੀ ਦਾਣਾ ਪਾਣੀ ਵੀ ਕੀਤੀ ਸੀ ਰਵੀ ਸੈਨਾ ਦਾ ਸਭ ਤੋਂ ਵਧੀਆ ਕਾ ਪਤਾ ਨਹੀਂ ਉਹਨੇ ਕੀ ਕਰਤਾ ਲੋਕ ਮੈਨੂੰ ਕੋਈ ਜਾਂਦਾ ਨਹੀਂ ਥੋੜੀ ਫਿਲਮ ਕਲਰਫੁਲ ਬਹੁਤ ਆ ਕਲਰਫੁਲ ਬਹੁਤ ਮੈਂ ਸੋਚੀ ਆ ਨਾ ਯਾਰ ਬਾਕੀ ਫਿਲਮਾਂ ਵੀ ਤਾਂ ਕਲਰਫੁਲ ਹੀ ਹੁੰਦੀਆਂ ਨੇ ਮਤਲਬ ਰੰਗीन ਹੀ ਹੁੰਦੀਆਂ ਨੇ ਪਤਾ ਨਹੀਂ ਪਰ ਰਵੀ ਸੈਨਾ ਨੇ ਕੀ ਕਰਤਾ ਫਿਲਮ ਬਹੁਤ ਸੋਹਣੀ ਫਿਲਮ ਦੇ ਵਿੱਚ ਚਾਹੇ ਸਰੋਂ ਹੋਵੇ ਚਾਹੇ ਪਾਥੀਆਂ ਹੋਣ ਚਾਹੇ ਪੁਰਾਣੀਆਂ ਕੰਦਾ ਹੋਣ ਹਰ ਚੀਜ਼ ਬਹੁਤ ਸੋਹਣੀ ਲਾਦੀ ਹੈ ਈਵਨ ਧੁੰਦ ਵੀ ਤੁਹਾਡੀ ਫਿਲਮ ਦੀ ਬਹੁਤ ਸੋਹਣੀ ਹੈ ਧੁੰਦ ਹਾਂ ਧੁੰਦ ਬਹੁਤ ਸੋਹਣੀ ਹੈ ਧੁੰਦ ਦਾ ਕਿੱਸਾ ਇੱਥੋਂ ਹੋਇਆ ਸੀ ਜੀ ਅਸੀਂ ਕੋਈ ਰੱਬ ਦਾ ਰੇਡੀਓ ਕਰ ਰਹੇ ਸੀ ਨਿਰਮਲ ਸ਼ੀ ਮੈਮ ਤੇ ਸੀਮਾ ਕੌਸ਼ਲ ਮੈਮ ਦਾ ਸੀਨ ਸੀਗਾ 12 ਵਜ ਗਏ ਧੁੰਦ ਨਾ ਹਟੇ ਜੀ ਤੇ 12 ਵਜ ਗਏ ਧੁੰਦ ਹਟੇ ਨਾ ਤੇ ਹੁਣ ਸੀਨ ਤਾਂ ਕਰਨਾ ਸੀ ਮੈਂ ਕਿਹਾ ਯਾਰ ਧੁੰਦ ਜੀ ਕਰ ਦੋ cinematographer ਸਾਹਿਬ ਸੀਗੇ ਦੂਸਰੇ ਉਹ ਮੈਨੂੰ ਕਹਿੰਦੇ ਕਹਿੰਦੇ ਨਹੀਂ ਧੁੰਦ ਵਿੱਚ ਕਿਵੇਂ ਕਰਾਂਗੇ ਇਹ ਤਾਂ ਗਲਤ ਹੈ ਮੈਂ ਕਿਹਾ ਸਰ ਦੇਖੋ ਆਪਾਂ ਜਨਵਰੀ ਦਾ ਮਹੀਨਾ ਦਿਖਾ ਰਹੇ ਆਪਾਂ ਪੰਜਾਬ ਦਿਖਾ ਰਹੇ ਤੇ ਪੰਜਾਬ 'ਚ ਧੁੰਦ ਤੁਸੀਂ ਧੁੰਦ ਵਿੱਚ ਕਰ ਦਿਓ ਬਿਲਕੁਲ ਉਹ ਧੁੰਦ ਵਿੱਚ ਅਸੀਂ ਕੀਤਾ ਤੇ ਉਹ ਲੋਕਾਂ ਨੂੰ ਇੰਨਾ ਪਸੰਦ ਆਇਆ ਸਾਨੂੰ ਖੁਦ ਨੂੰ ਵੀ ਪਸੰਦ ਆਇਆ ਉਸ ਤੋਂ ਬਾਅਦ ਜਦੋਂ ਧੁੰਦ ਨੂੰ ਰੱਖ ਲਿਆ ਮੈਂ ਲੱਭਦਾ ਹਾਂ ਨਾ ਯਾਰ ਧੁੰਦ ਮੈਨੂੰ ਨਾ ਦਸੰਬਰ ਜਨਵਰੀ ਚ ਫਿਲਮ ਕਰਕੇ ਸਵਾਦ ਆਲਾ ਜੀ ਤੇ ਸੋ ਰਵੀ ਸੈਨਾ ਨੇ ਬਹੁਤ ਕਮਾਲ ਦਾ ਕੰਮ ਕੀਤਾ ਮੈਂ ਉਸ ਬੰਦੇ ਦਾ 10 ਬਾਰ ਸ਼ੁਕਰਾਨਾ ਕਰਦਾ ਹੋਰ ਕਿਹੜੇ ਕਿਹੜੇ ਨਗੀਨੇ ਦੂਜੇ ਜੀ ਮੇਰੇ ਨਗੀਨੇ ਨੇ ਜੈਦੇਵ ਜੀ ਜੈਦੇਵ ਜੀ ਨੇ ਮੇਰਾ ਬੈਕਗ੍ਰਾਉਂਡ ਸਕੋਰ ਕੀਤਾ ਮੇਰੇ ਗਾਣੇ ਬਣਾਏ ਨੇ ਜਿਵੇਂ ਤਾਰਿਆਂ ਨੂੰ ਵਿੱਚ 92 ਬਾਜਰੇ ਦਾ ਸੱਟਾ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਬਹੁਤ ਹੀ ਪਿਆਰਾ ਹੀ ਇਜ਼ ਅ ਜਮ ਉਸ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ ਤੇ ਮੈਂ ਉਹਨਾਂ ਨੂੰ ਸੀਨੀਅਰ ਨੇ ਮੇਰੇ ਤੋਂ ਰੱਬ ਦਾ ਰੇਡੀਓ ਦੇ ਵਿੱਚ ਮੈਂ ਤੇ ਤਰਨ ਸੋਚ ਕੇ ਗਏ ਸੀਗੇ ਹਮ ਇਹ ਕਰਵਾएंगे ਇਹ ਕਰਵਾएंगे 뮤직 ਡਾਇਰੈਕਟਰ ਤੇ ਪਰ ਉਹਨਾਂ ਨੇ ਕਿਹਾ ਕਿ ਕਾਕਾ ਸਾਈਡ ਤੇ ਬਹਿ ਜਾਓ ਆ ਗਿਆ ਹੁਣ ਮੇਰੇ ਕੋਲ ਹੁਣ ਮੇਰਾ ਕੰਮ ਪਰ ਜਦੋਂ ਉਹਨਾਂ ਨੇ ਕੰਮ ਕੀਤਾ ਸਾਨੂੰ ਇੰਨਾ ਪਸੰਦ ਆਇਆ ਪਹਿਲਾਂ ਸੋਚੋ ਯਾਰ ਇਹ ਤਾਂ ਗਲਤ ਕਰੀ ਜਾਂਦੇ ਨੇ ਪਰ ਜਦੋਂ ਕੰਮ ਕੀਤਾ ਬਣ ਗਿਆ ਸਾਨੂੰ ਇੰਨਾ ਜ਼ਿਆਦਾ ਪਸੰਦ ਆਇਆ ਫਿਰ ਅਸੀਂ ਸਿੱਖ ਲਿਆ ਕਿ ਵੀ ਉਸਤਾਦ ਉਸਤਾਦ ਹੀ ਹੁੰਦੇ ਨੇ ਇਹ ਫਿਲਮ ਚ ਚਾਦੇਵ ਜੀ ਨੇ ਕਮਾਲ ਕੀਤਾ ਐਵੀ ਨੇ ਬਹੁਤ ਸੋਹਣਾ ਕੰਮ ਕੀਤਾ ਐਵੀ ਦੇ 4-5 ਗਾਣੇ ਨੇ ਮੂਵੀ ਦੇ ਵਿੱਚ ਐਵੀ ਨੇ ਕਮਾਲ ਦਾ ਹੀ ਕੰਮ ਕੀਤਾ ਹੋਇਆ ਥੈਂਕ ਯੂ ਐਵੀ ਸੁਰਮੈਦਾਨੀ ਵਰਗੇ ਗਾਣੇ ਦੇਣ ਲਈ ਜੋਤਿਕਾ ਜੀ ਜੋਤਿਕਾ ਦਾ ਲਤਾ ਮਗੇਸ਼ ਕਰੀ ਬਹੁਤ ਬਹੁਤ ਸੋਹਣਾ ਗਾਇਆ ਜੋਤਿਕਾ ਨੇ ਉਹਦੀ ਆਵਾਜ਼ ਸਪੈਸ਼ਲੀ ਸਾਰੀ ਰਾਤ ਅਸੀਂ ਸਾਰਿਆਂ ਨੇ ਸੁਣਿਆ ਸਾਰੇ ਦਰਸ਼ਕਾਂ ਨੇ ਸੁਣਿਆ ਸਾਨੂੰ ਸਭ ਨੂੰ ਬਹੁਤ ਪਸੰਦ ਆਇਆ ਸੋ ਗਾਣੇ ਦੇ ਅਸੀਂ ਸੁਣਿਆ ਵੀ ਲਿਰਿਕਸ ਕੁਝ ਤੁਸੀਂ ਆਪ ਲਿਖੇ ਨੇ ਬਾਕੀ ਲਿਰਿਸਟ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੈ ਸੋ ਉਹ ਕਿਹੜੇ ਕਿਹੜੇ ਲਿਰਿਸਟ ਨੇ ਤੁਹਾਡੇ ਸਭ ਤੋਂ ਪਹਿਲਾਂ ਜਾਂ ਜਿਹੜਾ ਇੱਕਦਮ ਨਾਮ ਯਾਦ ਆ ਰਿਹਾ ਹਰਮਨ ਜਿਹਨੇ ਮੇਰੇ ਮੂਜੀਤ ਐਕਚੁਅਲੀ ਸੰਗੀਤ ਸਜਾਨ ਹਰਮਨ ਨਹੀਂ ਬਾਈਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੇ ਮੇਰੇ ਬਾਜ਼ਰੇ ਚ ਹਰਮਨ ਦੇ ਗਾਣੇ ਕੱਢ ਲੈਨੇ ਤਾਂ ਪਿੱਛੇ ਥੋੜੀ ਰਹਿ ਜਾਂਦੇ ਨੇ ਜਾਨ ਦਾ ਹਰਮਨ ਨਹੀਂ ਬਾਈਆ ਸੁਰਮੇਦਾਨੀ ਤੇ ਉਹ ਗਲੀ ਲਾਹੌਰ ਦੀ ਤੇ ਇੱਕ ਜਿਹੜਾ ਆਉਣਾ ਹਲੇ ਉਹ ਗਾਣਾ ਹਰਮਨ ਨੇ ਲਿਖਿਆ ਤੇ ਹਰਮਨ ਦੀਆਂ ਲਾਈਨਾਂ ਬਹੁਤ ਸੋਹਣੀਆਂ ਨੇ ਤੈਨੂੰ ਪਿੱਛੇ ਮੁੜ ਕੇ ਤੱਕਣਾ ਦਿਲ ਨੂੰ ਫੱਬਦਾ ਹੈ ਜਿਵੇਂ ਗੁਜ਼ਰਿਆ ਵੇਲਾ ਅਕਸਰ ਚੰਗਾ ਲੱਗਦਾ ਮੈਂ ਸੋਚਿਆ ਸੀ ਕਿ ਸ਼ਾਇਦ ਇਸ ਫਿਲਮ ਦੇ ਸਭ ਤੋਂ ਸੋਹਣੀ ਲਾਈਨਾਂ ਜੋ ਮੈਂ ਲਿਖੀ ਆ ਕਿ ਉਹ ਸੀ ਕਿ ਮਿਸ਼ਰੀ ਤੋਂ ਮਿੱਠਾ ਐ ਦੁਨਹਿਮ ਨਾਲੋਂ ਕੋੜਿਆ ਮੈਨੂੰ ਜੀ ਉਹ ਬਹੁਤ ਤੁਹਾਡੀ ਲਾਈਨ ਬਹੁਤ ਪਸੰਦ ਆ ਪਰ ਸਭ ਤੋਂ ਸੋਹਣੀ ਲਾਈਨ ਇਹ ਆ ਜੋ ਹਰਮਨ ਨੇ ਲਿਖੀ ਆ ਜਿਵੇਂ ਗੁਜ਼ਰਿਆ ਵੇਲਾ ਅਕਸਰ ਚੰਗਾ ਲੱਗਦਾ ਬਹੁਤ ਮੋਡਾ ਕਮਾਲ ਦਾ ਲਿਖਦਾ ਉਹ ਫਿਰ ਵੀਤ ਬਲਜੀਤ ਤਾਂ ਵੀਤ ਤੇ ਮੇਰੇ ਲਈ ਲੱਕੀ ਆ ਮੇਰੀ ਹਰ ਫਿਲਮ ਚ ਵੀਤ ਲਿਖਦਾ ਤੇ ਜਿਹੜੀ ਫਿਲਮ ਚ ਲਿਖਦਾ ਉਹ ਫਿਲਮ ਚੱਲਦੀ ਆ ਤੇ ਵੀਤ ਬਲਜੀਤ ਵੀਰ ਸਿੰਘ ਬਹੁਤ ਹੀ ਡੂੰਗਾ 11 ਬੰਦਾ ਵੀਰ ਸਿੰਘ ਉਹ ਵੀ ਜਮਨਾ ਵਿਜੇ ਵਿਵੇਕ ਜੀ ਨੇ ਗਾਣਾ ਲਿਖਿਆ ਜੀ ਇਹ ਸਾਰੇ ਹੀ ਕਮਾਲ ਦੇ ਬੰਦੇ ਨੇ ਸੋ ਅਸੀਂ ਇੱਕ ਹੋਰ ਚੀਜ਼ ਵੇਖੀ ਹੈ ਵੀ ਤੁਹਾਡੇ ਨਾਲ ਸਾਰੇ ਹਰ ਤਰ੍ਹਾਂ ਦੇ ਨਵੇਂ ਪੁਰਾਣੀ ਸੀਨੀਅਰ ਆਰਟਿਸਟ ਐਕਸਪੀਰੀਐਂਸਡ ਆਰਟਿਸਟ ਸਾਰੇ ਕੰਮ ਕਰਕੇ ਬਹੁਤ ਖੁਸ਼ ਨੇ ਸੋ ਇਸ ਫਿਲਮ ਚ ਗੁੱਗੂ ਗਿਲ ਸਰ ਨੇ ਨਿਰਮਲ ॠषि मैम ਨੇ ਸੀਮਾ ਕੌਸ਼ਲ मैम ਨੇ ਸਾਰੀ ਕਾਸਟ ਜਦੋਂ ਬਹੁਤ ਸਾਰੇ ਐਕਸਪੀਰੀਐਂਸਡ ਆਰਟਿਸਟ ਹੋਣ ਉਹਨਾਂ ਨੂੰ ਕਿ ਛਾਤੇ ਤਲੇ ਇਕੱਠਾ ਕਰਨਾ ਅਸੀਂ ਸੁਣਿਆ ਵੀ ਔਖਾ ਹੋ ਜਾਂਦਾ ਹੈ ਅਸੀਂ ਇਹ ਵੀ ਸੁਣਿਆ ਵੀ ਡੇਟਸ ਨੇ ਕਈ ਵਾਰੀ ਮੈਚ ਕਰਦੀਆਂ ਸੋ ਤੁਸੀਂ ਇੱਕ ਪਰਿਵਾਰਕ ਫਿਲਮ ਬਣਾਉਣੇ ਸੋ ਹਮੇਸ਼ਾ ਤੁਹਾਡੀ ਫਿਲਮ ਚ ਵੇਖਿਆ ਜਾਂਦਾ ਵੀ ਹਰ ਆਰਟਿਸਟ ਫਰੇਮ ਚ ਹੁੰਦਾ ਈਵਨ ਤੁਹਾਡੇ ਟ੍ਰੇਲਰ ਚ ਵੀ ਅਸੀਂ ਵੇਖਿਆ ਵੀ ਤੁਸੀਂ ਹਰ ਆਰਟਿਸਟ ਨੂੰ ਬਕਾਇਦਾ ਵਧੀਆ ਇੰਪੋਰਟੈਂਸ ਦੇ ਕੇ ਟ੍ਰੇਲਰ ਚ ਵੀ ਪਾਇਆ ਹੈ ਬਹੁਤ ਸੋਨਾ ਟ੍ਰੇਲਰ ਕੱਟਿਆ ਪਹਿਲੀ ਗੱਲ ਤੇ ਮੈਂ ਤੁਹਾਨੂੰ ਅਪਰੀਸ਼ੀਏਟ ਕਰੂੰਗੀ ਵੀ ਕੱਟ ਟੂ ਕੱਟ ਬਹੁਤ ਸੋਨਾ ਕੱਟਿਆ ਹੈ ਐਂਡ ਉਹਦੇ ਚ ਹਰ ਆਰਟਿਸਟ ਨੂੰ ਜਗ੍ਹਾ ਦਿੱਤੀ ਐਂਡ ਤੁਹਾਡੀ ਯੂਜ਼ੂਲੀ ਫਿਲਮਾਂ ਚ ਪਰਿਵਾਰਕ ਫ ਇੱਕ ਛੱਤ ਥੱਲੇ ਵੇਖੇ ਜਾਂਦੇ ਨੇ ਸੋ ਤੁਸੀਂ ਉਹ ਕਿਵੇਂ ਮੈਨੇਜ ਕਰਦੇ ਹੋ ਬਿਕੋਜ਼ ਡਾਇਰੈਕਟਰ ਲਈ ਸਬਜ਼ੀਆਂ ਡੇਟਸ ਹੋਣੀਆਂ ਬਹੁਤ ਔਖੀਆਂ ਪਲੱਸ ਬਹੁਤ ਘੱਟ ਵੇਖਿਆ ਗਿਆ ਵੀ ਹਰ ਆਰਟਿਸਟ ਡਾਇਰੈਕਟਰ ਨੂੰ ਇੰਨਾ ਪਿਆਰ ਦੇ ਰਿਹਾ ਸੋ ਉਹ ਕਿਵੇਂ ਹੈ ਤਾਂ ਇਹ ਇੱਕ ਗੱਲ ਤਾਂ ਸਭ ਤੋਂ ਸੋਹਣੀ ਇਹ ਹੈ ਆ ਕਿ ਮੈਨੂੰ ਨਾ ਇਹ ਇਹ ਸਾਰੇ ਪਿਆਰ ਬਹੁਤ ਕਰਦੇ ਨੇ ਜੀ ਸੀਮਾ ਮੈਮ ਰਿਸ਼ੀ ਮੈਮ ਪ੍ਰਕਾਸ਼ ਕਾਦੂ ਮੀਆਂ ਸ਼ਰਮਾ ਸਾਰੇ ਬਹੁਤ ਪਿਆਰ ਕਰਦੇ ਨੇ ਤੇ ਇਹ ਨਾ ਆ ਮੇਰੇ ਲਈ ਡੇਟ ਸਪੈਸ਼ਲੀ ਕੱਢ ਲੈਂਦੇ ਨੇ ਤੇ ਇਹ ਤਾਂ ਸਭ ਨੂੰ ਵੇਟ ਕਰਦੇ ਰਹਿੰਦੇ ਨੇ ਅੱਗੇ ਪਿੱਛੇ ਕੋਈ ਮੂਵੀ ਹੋਵੇ ਤਾਂ ਮੇਰੀ ਮੂਵੀ ਨਹੀਂ ਕੈਨਸਲ ਕਰਕੇ ਮੈਨੂੰ ਪੂਰੀਆਂ ਡੇਟਸ ਤੇ ਹੁੰਦੇ ਨੇ ਤੇ ਉਹਨਾਂ ਨੂੰ ਵੀ ਜਿਵੇਂ ਤੁਹਾਨੂੰ ਮਜ਼ਾ ਆਉਂਦਾ ਮੇਰੀ ਫਿਲਮ ਵਿੱਚ ਕੰਮ ਕਰਨ ਦਾ ਉਹਨਾਂ ਨੂੰ ਵੀ ਪਰਿਵਾਰਕ ਮੂਵੀਜ਼ 'ਚ ਕੰਮ ਕਰਨ ਦਾ ਬਹੁਤ ਮਜ਼ਾ ਆਉਂਦਾ ਤੇ ਉਹਨਾਂ ਦੇ ਕੈਰੈਕਟਰ ਬੜੇ ਸੋਹਣੇ ਕਿਰਦਾਰ ਲਿਖੇ ਜਾਂਦੇ ਨੇ ਕਈ ਵਾਰ ਜਵਨ ਸ਼ਰਮਾ ਸਾਹਿਬ ਕਹਿੰਦੇ ਨੇ ਕਈ ਵਾਰ ਕਰਦਾਰ ਕਰਕੇ ਕਹਿੰਦੇ ਸਾਨੂੰ ਕਾਕਾ ਮਜ਼ਾ ਨਹੀਂ ਆਉਂਦਾ ਹਨ ਕਈ ਵਾਰ ਐਵੇਂ ਇਹ ਕੈਰੈਕਟਰ ਆਰਟਿਸਟ ਨੂੰ ਉਸ ਇਕੱਠਾ ਹੀ ਕਰਦੇ ਨੇ ਮੈਂ ਪੂਰਾ ਕਿਰਦਾਰ ਲਿਖਦਾ ਮੇਰੇ ਲਈ ਤਾਂ ਨੀਆਂ ਸੱਚ ਦੱਸਦਾ ਮੇਰੇ ਲਈ ਕੋਈ ਹੀਰੋ ਹੀਰੋਇਨ ਨਹੀਂ ਹੈ ਭਾਵੇਂ ਤੂੰ ਫਿਲਮ ਦੀ ਹੀਰੋਇਨ ਆ ਪਰ ਸੱਚ ਇਹ ਹੈ ਕਿ ਮੇਰੇ ਲਈ ਕੋਈ ਹੀਰੋ ਹੀਰੋਇਨ ਨਹੀਂ ਮੇਰੇ ਲਈ ਸਾਰੇ ਕਿਰਦਾਰ ਜੀ ਠੀਕ ਹੈ ਤੇ ਉਹਨਾਂ ਦਾ ਉਹ ਕਿਰਦਾਰ ਇਸ ਲਈ ਮੇਰੇ ਲਈ ਬੀਨ ਸ਼ਰਮਾ ਹੋਵੇ ਤਾਨੀਆਂ ਹੋਵੇ ਨੂਰ ਐਵੇਂ ਮੇਰੇ ਲਈ ਸਾਰੇ ਬਰਾਬਰ ਨੇ ਮਤਲਬ ਖੁਸ਼ ਹਾਂ ਨਾ ਇਸ ਗੱਲ ਤੋਂ ਇਹ ਸੱਚ ਹੈ ਮੈਂ ਬਹੁਤ ਖੁਸ਼ ਹਾਂ ਵੀ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਪੂਰੀ ਫਿਲਮ ਦੀ ਟੀਮ ਨੂੰ ਇੱਕ ਟੀਮ ਵਰਕਨ ਵੇਖਿਆ ਜਾਂਦਾ ਹੈ ਨਾ ਕਿ ਇੰਡੀਵਿਜੂਅਲ ਸਿਰਫ ਇੱਕ ਅੱਦੇ ਦੋ ਬੰਦਿਆਂ ਦੀ ਮੈਨੂੰ ਪਰਸਨਲੀ ਆਈ ਫੀਲ ਲਾਈਕ ਸੇਇੰਗ ਕਿ ਫਿਲਮ ਜਿਹੜੀ ਹੈ ਉਹ ਸਿਰਫ ਤੇ ਸਿਰਫ ਟੀਮ ਵਰਕ ਤੇ ਹੈ ਬੀ ਇਟ ਕਾਸਟਿਮ ਡਿਪਾਰਟਮੈਂਟ ਵੀ ਇਟਸ ਇਨ ਅ ਮੈਟੋਗ੍ਰਾਫੀ ਡਿਪਾਰਟਮੈਂਟ ਰਾਈਟਿੰਗ ਡਾਇਰੈਕਸ਼ਨ ਐਕਟਿੰਗ ਮੇਕਅਪ ਤੇ ਉਹ ਸਾਰੇ ਡਿਪਾਰਟਮੈਂਟਸ ਦਾ ਕਲਸਟਰ ਹੈ ਜੀ ਉਹ ਮਿਲ ਕੇ ਬਣਾਈ ਜਾਂਦੀ ਸੋ ਇਟਸ ਅ ਟੀਮ ਵਰਕ ਥਿਸ ਇਜ਼ ਅ ਪਿਓਰ ਐਗਜ਼ਾਮਪਲ ਆਫ ਟੀਮ ਵਰਕ ਸੋ ਤਾਈਂ ਕਰਕੇ ਮੈਂ ਸਾਰੀਆਂ ਚੀਜ਼ਾਂ ਛੇੜ ਰਹੀਆਂ ਕਿਉਂਕਿ ਯੂਜੂअली ਨਹੀਂ ਛੇੜੀਆਂ ਚਾਹੁੰਦੀਆਂ ਬਟ ਮੈਂ ਚਾਹੁੰਦੀ ਆ ਵੀ ਇਹ ਐਪੀਸੋਡ ਅਖਰ ਦਾ ਥੋੜੀ ਇੰਟਰਵਿਊ ਨਾਲ ਉਹ ਅੱਡ ਇੱਕ ਪੋਸਟ ਜ਼ਰੂਰ ਕੀਤਾ ਜਾਏ ਜਿਹਦੇ ਚ ਆਈ ਊਡ ਲਾਈਕ ਪਰਸਨਲੀ ਮੀ ਐਂਡ ਮਾਈ ਡਾਇਰੈਕਟਰ ਟੂ ਥੈਂਕ एवरीवन ਬਡੀ ਜੋ ਵੀ ਸਾਡੀ ਇਸ ਫਿਲਮ ਦਾ ਪਾਰਟ ਹੈ ਬਿਕਾਜ਼ ਕਹਿੰਦੇ ਨਾ ਗੁਜ਼ਰਿਆ ਵੇਲਾ ਅਕਸਰ ਚੰਗਾ ਲੱਗਦਾ ਹੈ ਸੋ ਐ ਵੇਲਾ ਗੁਜ਼ਰ ਜਾਣਾ ਹੈ ਬਟ ਗੁਜ਼ਰ ਜਾਈ ਉਸ ਤੋਂ ਪਹਿਲੇ ਅਸੀਂ ਦੋਵੇਂ ਜਣੇ ਹਰ ਬੰਦੇ ਦਾ ਸ਼ੁਕਰੀਆ ਕਰਨਾ ਚਾਹੁੰਦੇ ਆਂ ਵੀ ਇਹ ਫਿਲਮ ਜਿਹੜੀ ਅੱਜ ਫਿਲਮ ਹੈ ਤੇ ਸਿਰਫ ਸਾਡੇ ਕਰਕੇ ਨਹੀਂ ਕੀ ਹੈ ਤੁਹਾਡੇ ਸਾਰਿਆਂ ਕਰਕੇ ਹੈ ਹਾਂ ਆਪਾਂ ਰੋਮਾ ਦਾ ਥੈਂਕਸ ਕਰਦੇ ਆਂ ਜੀ ਕਾਸਟਮਸ ਲਈ ਰੋਮੀ ਆਰਟ ਲਈ ਜੀ ਠੀਕ ਹੈ ਮੇਰੇ ਸਾਰੇ ਅਸਿਸਟੈਂਟਸ ਜੀ ਉਹਨਾਂ ਸਾਰਿਆਂ ਦਾ ਸ਼ੁਕਰੀਆ ਮਨਪ੍ਰੀਤ ਭਾਈ ਜੰਮੀ ਬਿੰਨੂ ਸਾਰੇ ਅਸਿਸਟੈਂਟਸ ਨਿਰੂਤਮ ਜੀ ਨਰਉਤਮ ਜੀ ਦਾ ਸ਼ੁਕਰੀਆ ਸਭ ਤੋਂ ਪਹਿਲਾਂ ਜੀ ਨੇ ਨਵਦੇ ਕੰਮ ਕੀਤਾ ਪਵਨ ਐਡੀਟਰ ਉਹਨੇ ਕਮਾਲ ਦਾ ਕੰਮ ਕੀਤਾ ਪੋਸਟਰ ਡਿਜ਼ਾਈਨ ਉੱਥੇ ਕੁੜੀ ਆ ਇੱਕ ਛੋਟੀ ਜਿਹੀ ਉਮਰ ਦੀ ਬੀਬੀ ਨੇ ਉਹਨੇ ਕੀਤਾ ਬਹੁਤ ਸੋਹਣਾ ਕੰਮ ਕੀਤਾ ਸੋ ਐਸੀ ਜੀ ਬਾਜੇ ਦੇ ਸਿੱਟੇ ਦੀ ਟੀਮ ਦੀ ਕਹਾਣੀ ਸਾਡੇ ਡਾਇਰੈਕਟਰ ਦੀ ਜ਼ੁਬਾਨੀ ਸੋ ਆਈ ਹੋਪ ਕੋਈ ਰਹਿ ਨਹੀਂ ਗਿਆ ਤਾਨੀਆਂ ਦਾ ਸ਼ੁਕਰੀਆ ਇਹਨਾਂ ਸੋਹਣਾ ਕੰਮ ਕਰਨ ਲਈ ਥੈਂਕ ਯੂ ਸਰ ਨੂਰ ਦਾ ਵੀ ਥੈਂਕ ਯੂ ਤੇ ਹਾਂ ਸੋ ਸਰਗੀਮਾਨ ਸਰਗੀਮਾਨ ਨੇ ਆਹ ਸੁਨੀਆ ਦੀ ਆਵਾਜ਼ ਬਹੁਤ ਸੋਹਣੀ ਹੈ। ਜਣਾ ਗਾਣਾ ਗਾਇਆ ਸਰਗੀਮਾਨ ਨੇ ਵੀ ਇਸ ਫਿਲਮ 'ਚ। ਸੋ ਸਾਰਿਆਂ ਨੂੰ ਜਿਹੜੇ-ਜਿਹੜੇ ਵੀ ਛੋਟਾ ਵੱਡਾ ਜੇ ਸਰਗੀਮਾਨ ਮੈਨੂੰ ਸੁਣਦੀ ਹੋਵੇ ਤਾਂ ਉਹਨੂੰ ਮੈਂ ਇੱਕ ਗੱਲ ਦੱਸ ਮੈਨੂੰ ਕਦੇ ਮਿਲਿਆ ਨਹੀਂ ਮੇਰੀ ਗੱਲ ਵੀ ਨਹੀਂ ਹੋਈ। ਮੈਂ ਉਹਨਾਂ ਨੂੰ ਗੱਲ ਦੱਸਣੀ ਚਾਹੁੰਨਾ ਕਿ ਮੈਂ ਆਪਣੀ ਅਗਲੀ ਫਿਲਮ 'ਚ ਵੀ ਤੇਰੇ ਗਾਣੇ ਰੱਖੂ ਤੇਰੀ ਆਵਾਜ਼ ਬਹੁਤ ਸੋਹਣੀ ਹੈ। ਕ੍ਰੈਡਿਟਸ ਕਿਤੇ ਨਹੀਂ ਕੋਈ ਰਹਿ ਨਾ ਜਾਵੇ ਵੀ ਮੈਨੂੰ ਬਹੁਤ ਪਿਆਰੇ ਹੈ ਸਾਰੇ ਜਿਹਨੇ ਓਕੇ ਸੋ ਐ ਐਸੀ ਜੀ ਥੈਂਕਸ ギਵਿੰਗ टू एव्री सिंगल पर्सन एसोसिएटेड विद बाजेदा सिटा असी फिल्म बनाई है जी जिन्ने प्यार ਨਾਲ ਫਿਲਮ ਬਣਾਈ ਅੱਜ ਤੁਹਾਨੂੰ ਉਹਨੇ ਪਿਆਰ ਨਾਲ ਸ਼ੁਕਰੀਆ ਕਰ ਰਿਹਾ ਵੀ ਸਈ ਉਹਨਾਂ ਲੋਕਾਂ ਦਾ ਵੀ ਦਾਨੀਆਂ ਸ਼ੁਕਰੀਆ ਕਰ ਰਹੇ ਹਾਂ ਜਿਨ੍ਹਾਂ ਨੇ ਇਸ ਇੰਡਸਟਰੀ ਨੂੰ ਇੰਡਸਟਰੀ ਬਣਾਇਆ ਜਿਹਦੇ ਕਰਕੇ ਅਸੀਂ ਇਸ ਪਲੇਟਫਾਰਮ ਤੇ ਖੜੇ ਹੋਏ ਅਸੀਂ ਉੱਥੇ ਹੁਣ ਮੈਂ ਕੋਈ ਇੱਕ ਨਾਮ ਲਵਾਂਗਾ ਤਾਂ ਗੱਲ ਹੋਊਗੀ ਜਿਨ੍ਹਾਂ ਨੇ ਜੀਆਂ ਨੂੰ ਅਤੇ ਕਈ ਹੋਰ ਵੱਡੀਆਂ ਮਹਾਨ ਫਿਲਮਾਂ ਬਣਾ ਕੇ ਇਸ ਇੰਡਸਟਰੀ ਦੀ ਗੱਡੀ ਨੂੰ ਤੋਰਿਆ ਤੋਰਿਆ ਇਹ ਪਹਿਲਾਂ ਗੱਡਾ ਹੁੰਦੀ ਹੁੰਦਾ ਸੀ ਹੁੰਦਾ ਸੀ ਇਹਨੂੰ ਟ੍ਰੇਨ ਬਣਾਤਾ ਹਣਾ ਉਹਨਾਂ ਦਾ ਸ਼ੁਕਰੀਆ ਸਭ ਤੋਂ ਪਹਿਲਾਂ ਅਸੀਂ ਯਾਰ ਮੈਂ ਘਰੋਂ ਪਰੌਂਠੇ ਖਾ ਕੇ ਆ ਕੇ ਸ਼ੂਟਿੰਗ ਕਰ ਰਿਹਾ ਸੋਚੋ ਮੈਂ ਵੜਾ ਪੋਹਾ ਖਾ ਕੇ ਸ਼ੂਟਿੰਗ ਕਰਦਾ ਹੁੰਦਾ ਹੈਨਾ ਮਤਲਬ ਆਪਣੇ ਦੇਸ਼ ਚ ਆਪਣੇ ਪਿੰਡ ਚ ਆਪਣੇ ਸ਼ਹਿਰ ਚ ਆਪਣੇ ਪੰਜਾਬ ਚ ਬੈਠ ਕੇ ਸ਼ੂਟ ਕਰ ਰਿਹਾ ਹਾਂ ਬਹੁਤ ਵੱਡੀ ਗੱਲ ਹੈ ਐਂਡ ਇਹੋ ਜਿਹਾ ਸ਼ੂਟ ਕਰ ਰਹੇ ਆ ਵੀ ਸਾਰਾ ਬਾਲੀਵੁੱਡ ਇਨਸਪਾਇਰਡ ਹੈ ਮਿਊਜ਼ਿਕ ਤੋਂ ਵੀ ਕੰਟੈਂਟ ਤੋਂ ਵੀ ਐਕਟਿੰਗ ਤੋਂ ਵੀ ਇਹੋ ਜਿਹਾ ਕੰਮ ਅਸੀਂ ਆਪਦੇ ਆਪਦੇ ਪੰਜਾਬ 'ਚ ਬਹਿ ਕੇ ਕਰ ਰਹੇ ਆ ਇਸ ਤੋਂ ਵੱਡੀ ਕੋਈ ਕਾਮਯਾਬੀ ਹੈ ਮੈਂ ਅੱਜ ਵੀ ਲਾਈਵ ਸੀ ਮੈਂ ਅਜ ਉਹਨਾਂ ਨੂੰ ਇਹੀ ਕਹਿੰਦੀ ਸੀ ਵੀ ਤੁਸੀਂ ਸਾਰੇ ਸਾਨੂੰ ਸਪੋਰਟ ਕਰੋ ਇਹੋ ਜਿਹਾ ਸਪੋਰਟ ਕਰੋ ਵੀ ਜਿਵੇਂ ਸਾਊਥ ਇੰਡਸਟਰੀ ਆ ਜ ਆਪਦੇ ਸਾਊਥ ਦੇ ਲੋਕਾਂ ਕਰਕੇ ਹੈ ਸਾਡੇ ਕੋ ਕੰਟੈਂਟ ਹੈ ਸਾਡੇ ਕੋ ਕਲਾਕਾਰ ਨੇ ਸਾਡੇ ਕੋ ਥਾਵਾਂ ਨੇ ਵੀ ਹੈਵ ਲੋਕੇਸ਼ਨਸ ਵੀ ਹੈਵ ఎవਰੀਥਿੰਗ ਯੂ ਨੇਮ ਇਟ ਐਂਡ ਵੀ ਹੈਵ ਇਟ ਅਸੀਂ ਵੀ ਓਡੇ ਵੱਡੇ ਹੋ ਸਕਦੇ ਆ ਸੋ की चाहिदा इज दैट योर सपोर्ट ओनली एवी फिल्म असी बहुत प्यार ਨਾਲ ਬਣਾਈਏ ਸੋ ਸਾਰਿਆਂ ਨੇ ਜਿਨ੍ਹਾਂ ਨੇ ਵੀ ਕੰਮ ਕੀਤਾ ਇਸ ਫਿਲਮ ਚ ਉਹਨਾਂ ਦਾ ਵੀ ਧੰਨਵਾਦ ਐਂ ਜਿਹੜੇ ਇਸ ਫਿਲਮ ਨੂੰ ਥੀਏਟਰ ਚ ਵੇਖਣ ਜਾਣਗੇ ਆਪਦਾ ਟਾਈਮ ਕੱਢ ਕੇ ਉਹਨਾਂ ਦਾ ਵੀ ਮੈਂ ਹੁਣੇ ਧੰਨਵਾਦ ਕਰਦੀ ਆ ਪਰ ਜਾਇਓ ਜ਼ਰੂਰ ਸੋ ਵੀਲ ਬੀ ਗਿਵਿੰਗ ਸਰਪ੍ਰਾਈਜ਼ ਵਿਜ਼ਿਟਸ ਇਨ ਥੀਏਟਰਸ ਸੋ ਇੱਥੇ ਵੀ ਓਵਰ ਸੀਜ਼ ਵੀ ਐਂਡ ਦੇ ਕੋਲ ਕੇ ਪਿਆਰ ਦਿਓ ਜੀ ਅਸੀਂ ਬਹੁਤ ਪਿਆਰਾ ਕਨਸੈਪਟ ਲੈ ਕੇ ਆਏ ਐਂਡ ਸਪੈਸ਼ਲੀ ਜਦੋਂ ਪੰਜਾਬ ਦੀ ਧੀਆਂ ਦੀ ਕਹਾਣੀ ਐ ਸੋ ਉਹ ਚੀਜ਼ ਤੁਸੀਂ ਲੈ ਕੇ ਜਾਓ ਵੀ ਕਲਾਕਾਰਾਂ ਦੀ ਕਹਾਣੀ ਹੈ ਪਿਆਰ ਮੁਹੱਬਤ ਰੋਮਾਂਸ ਹੈ ਵਿੱਚ ਵਿਆਹ ਵਿਖਾਇਆ ਵਿੱਚ ਸੋ ਇਟਸ ਇਟਸ ਅ ਮਿਕਸਚਰ ਐਂਡ ਯੂਲ ਗੈਟ ਏਵਰੀ ਫਲੇਵਰ ਜੇ ਪੰਜਾਬ ਤੇ ਨਾਜ਼ ਕਰਦੇ ਹੋ ਪੰਜਾਬੀ ਉੱਤੇ ਨਾਜ਼ ਕਰਦੇ ਹੋ ਤਾਂ ਸਾਡੇ ਨੂੰ ਸਪੋਰਟ ਕਰੋ ਜੀ ਬਿਲਕੁਲ ਐਂਡ ਇਹ ਨਾ ਸੋਚ ਕੇ ਜਾਓ ਕਿ ਯਾਰ ਕੀ ਹੋਗਾ एवरी फ्लेवर यू विल गेट आई एम टेलिंग यू रोमांस की था रोमांस है कलाकारी था कलाकारी है हास्य की था हास्य है परिवार की था परिवार है सो म्यूजिक था म्यूजिक है एक्टिंग की था एक्टिंग है सब कुछ है जी रवि अखर दी जस अगरवाल जी देव्यू करते दे हुए मैं तानिया अरे तो इजाजत मांगती हूँ सात श्रीकाल